ਵਲਤਰਨ ਦਾ ਜੇ ਕਦੀ ਆਉਂਦਾ ਹੋਵੇ ਬੇਲੀ ਡੁੱਬਦੇ ਤਾਰਨੇ ਪਾਉਂਦੇ ਨੇ। ਮਿਹਰਬਾਨੀ ਸਾਈ ਸਾਈ ਵਲ ਤਰਨ ਦਾ ਮਤਲਬ ਡਾਂਗਰਾ, ਵਲ ਤਰਨ ਦਾ ਜੇ ਕਦੀ ਆਉਂਦਾ ਹੋਵੇ। ਰਾਵੀ ਦੀ ਮਾਨ ਦੇ ਰਾਠ ਬੰਦੇ ਬੈਠੇ ਹੋ ਤੇ ਆਇਆ ਮੈਂ ਵੀ ਹਿੰਦੁਸਤਾਨ ਚ ਕੋਈ ਨੀ ਖਲਾ, ਮੈਂ ਤੁਹਾਂ ਦੀ ਮਾਨ ਦਾ ਤਰਜਮਾਨ ਬੰਦਾ, ਦੌੜੇ ਤੇ ਤਵਜੋ ਕਰਿਆ ਹੈ, ਸਾਨੂੰ ਰਾਵੀ ਰਾਠਾਂ ਦੀ ਸਦੀਂ ਦੀ ਕਿਉਂ ਹੈ, ਤਵਜੋ ਕਰਿਆ ਹੈ। ਵਲ ਤਰਨ ਦਾ ਜੇ ਕਦੀ ਆਉਂਦਾ ਹੋਵੇ ਬੇਲੀ ਡੁੱਬਦੇ ਤਾਰਨੇ ਪਾਉਂਦੇ ਨੇ, ਓਏ ਕੋਈ ਸੱਜਣ ਮੁਸੀਬਤੀ ਆ ਜਾਵੇ ਡਾਂਗ ਚਾਰ ਗੁਜ਼ਾਰਨੇ ਪਾਉਂਦੇ। ਵਾਲ ਤਰਨ ਦਾ ਜੇ ਕਦੀ ਆਉਂਦਾ ਹੋਵੇ, ਮੈਂ ਆਪਣੀ ਮਾਨ ਦੀ ਹਮੇਸ਼ਾ ਆਪਣੀ ਮਾਨ ਦੀ ਤਰਜਮਾਨੀ ਕੀਤੀ ਹੈ। ਤੁਹਾਡਾ ਤਰਜਮਾਨ ਆ, ਗੱਲ ਗਲਤ ਕੀਤੀ ਹੈ ਤੇ ਦੱਸੋ। ਅੱਜ ਇੱਕ ਗੱਲ ਮੇਰੀ ਸੁਣ ਲਵੇ ਬਾਈ, ਸਾਇਲੈਂਟ ਬੰਦੇ ਅਕਸਰ ਪੁੱਛਦੇ ਨੇ ਤੂੰ ਰਾਠ ਲਫ਼ਜ਼ ਇਸਤੇਮਾਲ ਕਰੇ ਨਾ, ਇਹਦਾ ਮਤਲਬ ਕੀ ਹੈ? ਮੈਂ ਖੁਦਾ ਦੀ ਕਸਮ ਚਾ ਕੇ ਸਟੇਜ ਤੇ ਦੱਸੇ ਨਾ, ਜਿਸ ਤੇ ਢੇਰ ਬੋਏ ਬੰਡ ਹੋਵੇ ਰਾਠ ਨਹੀਂ ਆਉਂਦਾ, ਰਾਠ ਹੁੰਦਾ ਜਿਹੜਾ ਬੁੱਕ ਚੰਗੀ ਕੱਟੇ। ਇਮਰਾਨ ਵੱਟੂ ਉਹਨੂੰ ਤਾਂ ਅੱਲਾ ਹਰ ਸ਼ਾਇਦ ਦਿੱਤੀ ਹੋਈ, ਉਹ ਸਖੀ ਹੋ ਸਕਦਾ ਹੈ, ਉਹਨੂੰ ਤਾਂ ਅੱਲਾ ਹਰ ਸ਼ਾਇਦ ਨਾਇਤ ਕੀਤੀ ਹੋਈ ਹੈ, ਰਾਠ ਹੁੰਦਾ ਜਿਹੜਾ ਬੁੱਕ ਚੰਗੀ ਕੱਟੇ। ਸਾਈ ਵਲ ਤਰਨ ਦਾ ਜੇ ਕਦੀ ਆਉਂਦਾ ਹੋਵੇ ਬਾਬਰ, ਵਲ ਤਰਨ ਦਾ ਜੇ ਕਦੀ ਆਉਂਦਾ ਹੋਵੇ, ਇੱਕ ਤਾਂ ਤੂੰ ਕੀਤੀ ਵੀ ਛਾਵਣਾ ਵਾਦਾ ਨਾ ਪਤਾ ਲੱਗਦਾ ਹੀ ਹੈ ਸ਼ੀ ਹੈ ਪਤਾ ਨਹੀਂ ਕੀ ਹੈ। ਮੈਂ ਫੇਲ ਬਦੀ ਸ਼ਾਇਰ ਆ ਮਾਜ਼ਰਤ ਸਾਈ, ਮੈਨੂੰ ਇਰਸ਼ਾਦ ਬੜਾ ਪਤਾ ਹੈ, ਮੈਂ ਉਵੇਂ ਇੰਗਲਿਸ਼ ਚ ਆਖਿਆ ਵੀ ਨਾ ਹੀ ਹੈ ਨਾ ਸ਼ੀ ਹੈ ਪਤਾ ਨਹੀਂ ਕੀ ਹੈ, ਪਿਓ ਆ ਕੇ ਪੋਤਰੇ ਮਾਂ ਕੇ ਧੀਏ ਪਤਾ ਨਹੀਂ ਕੀ ਹੈ, ਮੈਂ ਤਾਂ ਇਥਾਈ ਨਾ ਸੰਭੜਾ ਛੜੇ ਸਾ। ਸਾਈ ਵਲ ਤਰਨ ਦਾ ਜੇ ਕਦੀ ਆਉਂਦਾ ਹੋਵੇ ਬੇਲੀ ਡੁੱਬਦੇ ਤਾਰਨੇ ਪਾਉਂਦੇ, ਕੋਈ ਸੰਗਤ ਕੋਈ ਸੱਜਣ ਮੁਸੀਬਤੀ ਆ ਜਾਵੇ ਡੰਗ ਚਾਰ ਗੁਜ਼ਾਰਨੇ ਪਾਉਂਦੇ, ਤੇ ਮੈਂ ਕਾਸਮ ਰਾਠ ਸ਼ਹਿਰੀ ਵਿੱਚ ਚਿੱਤੂ ਮਰਾਦ ਨਿਤਾਰਨੇ ਪਾਉਂਦੇ ਨੇ। ਓਏ ਕੋਈ ਨਸਲੀ ਵਟ ਲੈ ਦੁੱਖ ਕੋਈ ਨਹੀਂ ਲੱਟ ਟੂਟ ਕੇ ਮਾਰਨੇ ਸ਼ਰਾਮ ਅਲੀ ਜੁਰਾਈ ਦੀ ਨਜ਼ਰ ਹੈ ਕੋਈ ਵੀ ਦੌੜਾ ਕਰਨਾ, ਸ਼ਰਾਮ ਅਲੀ ਜੁਰਾਈ ਦੀ ਨਜ਼ਰ ਕੋਈ ਵੀ ਦੌੜਾ ਕਰਨਾ, ਸ਼ਰਾਮ ਅਲੀ ਸ਼ਰਾਮ ਅਲੀ ਠੀਕ ਹੈ ਠੀਕ ਹੈ ਠੀਕ ਹੈ। ਕੋਈ ਨਸਲੀ ਵਟ ਲੈ ਦੋ ਕੋਈ ਨਹੀਂ। ਅੱਛਾ ਸ਼ਰਾਮ ਅਲੀ ਚੁਰਾਈ ਦੀ ਨਜ਼ਰ, ਮੇਰੀ ਗੱਲ ਸੁਣਿਆ ਭਾਈ ਬਾਈ ਤੁਹਾਡਾ ਸੁਣਿਆ, ਸਿਰ ਵਾਏ ਤੂੰ ਢੇਰ ਝੁਕਾ ਛੱਡੀਏ ਬੰਦੇ ਹੱਥ ਗੱਤ ਲੈਂਦੇ ਨੇ ਪਾਗੇ ਚ, ਮਿਹਰਬਾਨੀ ਤੁਹਾਡਾ ਤੁਹਾਡਾ ਸੁਖਨ ਸਲਾਮਤ ਰਵੇ, ਤੁਹਾਡਾ ਸੁਖਨ ਸਲਾਮਤ ਰਹੇ ਸਾਈ। ਸਿਰ ਵਾਏ ਤੂੰ ਢੇਰ ਝੁਕਾ ਛੱਡੀਏ ਬੰਦੇ ਹੱਥ ਗੱਤ ਲੈਂਦੇ ਨੇ ਪਾਗੇ ਚ, ਪਹਿਲੇ ਆਪ ਜੜੈਂਦੇ ਨੇ ਮੁੰਦਰੀ ਵਿੱਚ ਮੁੜ ਐਬ ਜੁੜੈਂਦੇ ਨੇ ਨਾਗੇ ਚ, ਪਹਿਲੇ ਆਪ ਜੜੈਂਦੇ ਨੇ ਮੁੰਦਰੀ ਵਿੱਚ ਮੁੜ ਐਬ ਜੁੜੈਂਦੇ ਨੇ ਨਾਗੇ ਚ, ਤੇ ਮਿਸਰੇ ਤੇ ਤਵਜੋ ਕਰਿਆ ਹੈ ਜਿਹੜਾ ਸੱਜਣ ਨੂੰ ਕਾਸਮ ਕੱਜ ਨਹੀਂ ਸਕਦਾ, ਉਹ ਸੰਗਤੀ ਗਤੀਏ ਆਗੇ ਜਿਹੜੇ ਸੱਜਣ ਨੂੰ ਕਾਸਮ ਕੱਜ ਨਹੀਂ ਸਮਝਦੇ ਉਹ ਸੰਗਤੀ ਗਤੀਏ ਆਗੇ ਚ, ਉਹ ਪਹਿਲੇ ਤਰਲੇ ਕਰਕੇ ਜਾਮ ਪਵੈਂਦਣ ਪਿੱਛੇ ਆ ਫੜੇ ਦੇਣ ਜਾਗੇ ਚ। ਵਾਹ
ਮੈਨੇ ਡਿਊਟੀ ਮੇਰੀ ਪੂਰੀ ਨਹੀਂ ਹੋ ਗਈ।